ਮੋਹਾਲੀ ਚ ਫੜਿਆ ਗਿਆ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰਾਂ ਦਾ ਮਾਮਲਾ। ਐਸਐਸਪੀ ਸਤਿੰਦਰ ਸਿੰਘ ਦਾ ਵੱਡਾ ਬਿਆਨ ਮਿਊਜ਼ਿਕ ਕੰਪਨੀ ਚ ਲਗਾਉਂਦੇ ਸੀ ਪੈਸਾ, ਪੰਜਾਬੀ ਸਿੰਗਰਾਂ ਤੋਂ ਜ਼ਬਰਦਸਤੀ ਘੱਟ ਰੇਟ ਤੇ ਗਾਣੇ ਲੈ ਆਪਣੇ ਚੈਨਲਾਂ ਤੇ ਚਲਾ ਕਰਦੇ ਸਨ ਵੱਧ ਕਮਾਈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸਿੰਗਰਾਂ ਤੋਂ ਗਾਣੇ ਲੈ ਕੀਤੀ ਜਾਂਦੀ ਸੀ, ਉਹਨਾਂ ਤੋਂ ਵਸੂਲੀ ਗਲਤ ਤਰੀਕੇ ਨਾਲ ਕਈ ਕੰਪਨੀਆਂ ਤੇ ਲੱਗਦਾ ਸੀ ਪੈਸਾ। ਗੋਲਡ ਮੀਡੀਆ ਨਾਮ ਦੀ ਮਿਊਜ਼ਿਕ ਕੰਪਨੀ ਦਾ ਨਾਮ ਵੀ ਆਇਆ ਸਾਹਮਣੇ। नगर निगम चोणों तों पहला चंडीगढ़ कांग्रेस लई वड्डा झटका। आप च शामिल होए साबका मेयर प्रदीप छाबड़ा ते एमसी चोणों लई आप इंचार्ज चंद्रमुखी शर्मा ने कांग्रेस दे वख-वख अहुदेदारां ते सैकड़े वर्करां नूं आम आदमी पार्टी च करवाया शामिल। सुनारिया जेल च बंद डेरा सच्चा सौदा दे मुखी गुरमीत राम रहीम ते एक होर मामले च वधियां मुश्किलां। रणजीत सिंह हत्याकांड च पंचकुला दी विशेष सीबीआई अदालत ने रख्या फैसला सुरक्षित, 24 अगस्त नूं होवेगा फैसला। चंडीगढ़ च हटाया गया नाइट कर्फ्यू, हुण अद्धी रात नूं वी शहर रहेगा गुलजार रेस्टोरेंट बार, रात 12 बजे तक खुले रखण दी मंजूरी। देर रात हो सकदी है नाइट क्लब च पार्टी। संगरूर च बिजली विभाग दे ठेके ते काम करन वाले पावरकॉम एंड ट्रांस दे ठेके मुलाजमां वल्लों अपणियां मंगां नूं लाया सी दफ्तर दे बाहर परिवारां समेत लाया धरना। कहा जद तक नहीं हुंदियां मंगां पूरियां उदों तक नहीं हटेगा प्रदर्शन। पंजाब च अगले आने वाले कुछ दिनों च मिल सकती है गर्मी तो राहत। आईएमडी चंडीगढ़ मुताबिक 19 अगस्त तो 21 अगस्त तक कई जिलों च मीह पैण की संभावना, इस तों बाद भी आसमान ते छाए रहणगे बदल। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਚੋਣ ਕਮਿਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ। ਚੀਫ ਇਲੈਕਸ਼ਨ ਆਫੀਸਰ ਵੱਲੋਂ ਸੱਦੀ ਗਈ ਆਲ ਪਾਰਟੀ ਮੀਟਿੰਗ ਚੋਣਾਂ ਨੂੰ ਲੈ ਕੀਤੀ ਗਈ ਅਹਿਮ ਚਰਚਾ। ਗੱਲ ਪੰਜਾਬ ਦੀ ਮੁਹਿੰਮ ਤਹਿਤ 100 ਹਲਕਿਆਂ ਚ 100 ਦਿਨ ਦੇ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਆ ਪੈਰ ਛੋ ਕੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਆਸ਼ੀਰਵਾਦ। ਫਿਰੋਜ਼ਪੁਰ ਦੇ ਹਲਕਾ ਜ਼ੀਰਾ ਚ ਸੁਖਬੀਰ ਬਾਦਲ ਦਾ ਜੰਮ ਕੇ ਵਿਰੋਧ। ਕਿਸਾਨਾਂ ਨੇ ਕਾਲੀਆਂ ਚੰਡੀਆਂ ਤੇ ਕਿਸਾਨੀ ਝੰਡੇ ਲੈ ਕੀਤੀ ਜੰਮ ਕੇ ਨਾਅਰੇਬਾਜ਼ੀ। ਭਾਰੀ ਪੁਲਿਸ ਬਲ ਵੀ ਮੌਕੇ ਤੇ ਤੈਨਾਤ ਰਿਹਾ। ਮੰਗਲਵਾਰ ਨੂੰ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਸ਼ਫੀਕ ਰਹਿਮਾਨ ਬੱਕਰ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਉਹਨਾਂ ਨੇ ਆਪਣੇ ਦੇਸ਼ ਨੂੰ ਕਰਵਾਇਆ ਆਜ਼ਾਦ। ਅਜਿਹਾ ਬਿਆਨ ਦੇਣ ਦੇ ਲਈ ਉਹਨਾਂ ਤੇ ਕੀਤਾ ਗਿਆ ਦੇਸ਼ ਧਰੋਹ ਦਾ ਮਾਮਲਾ ਦਰਜ। ਸੁਪਰੀਮ ਕੋਰਟ ਨੇ ਔਰਤਾਂ ਨੂੰ 5 ਸਤੰਬਰ ਨੂੰ ਹੋਣ ਵਾਲੀ ਨੈਸ਼ਨਲ ਡਿਫੈਂਸ ਅਕੈਡਮੀ NDA ਦੀ ਪ੍ਰੀਖਿਆ ਦੇਣ ਦੀ ਦਿੱਤੀ ਆਗਿਆ। ਕੇਂਦਰ ਦੀ ਦਲੀਲ ਨਾਲ ਅਸਹਿਮਤ ਹੁੰਦੇ ਸੁਪਰੀਮ ਕੋਰਟ ਨੇ ਔਰਤਾਂ ਨੂੰ ਇਹ ਮੌਕਾ ਦੇਣ ਦਾ ਵਿਰੋਧ ਕਰਨ ਵਾਲੀ ਭਾਰਤੀ ਫੌਜ ਦੀ ਵੀ ਕੀਤੀ ਨਿਖੇਧੀ। ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਅਦਾਲਤ ਨੇ ਉਹਨਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਹੋਟਲ 'ਚ ਹੋਈ ਮੌਤ ਦੇ ਮਾਮਲੇ 'ਚ ਕੀਤਾ ਬਰੀ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਆਨਲਾਈਨ ਸੁਣਵਾਈ ਰਾਹੀਂ ਸੁਣਾਇਆ ਇਹ ਫੈਸਲਾ। ਗੁਆਂਢੀ ਮੁਲਕ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਦੇ ਵਿਰੋਧ 'ਚ ਭਾਜਪਾ ਸਮੇਤ ਕਈ ਜਥੇਬੰਦੀਆਂ ਨੇ ਪਾਕਿਸਤਾਨ ਹਾਈ ਕਮਿਸ਼ਨ ਨੇੜੇ ਦਿੱਤਾ ਧਰਨਾ। ਬੀਜੇਪੀ ਯੁਵਾ ਮੋਰਚਾ ਅਤੇ ਸਿੱਖ ਸੈਲ ਦੇ ਆਗੂਆਂ ਨੇ ਪਾਕ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਨਾਅਰੇਬਾਜ਼ੀ ਕਰ ਮੁਆਫੀ ਦੀ ਕੀਤੀ ਮੰਗ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਹੋਈ ਅਹਿਮ ਮੀਟਿੰਗ, ਜਿਸ 'ਚ ਅਫਗਾਨਿਸਤਾਨ ਤੇ ਤਾਲਿਬਾਨ ਤੇ ਕਬਜ਼ੇ ਮਗਰੋਂ ਬਣੇ ਹਾਲਾਤਾਂ ਤੇ ਕੀਤੀ ਗਈ ਚਰਚਾ। ਮੀਟਿੰਗ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਹੋਰ ਅਧਿਕਾਰੀ ਰਹੇ ਮੌਜੂਦ। ਸਾਬਕਾ ਕਾਂਗਰਸ ਆਗੂ ਸੁਸ਼ਮਿਤਾ ਦੇਵ ਨੇ ਦੱਸਿਆ ਕਿ ਬਿਨਾਂ ਕਿਸੇ ਸ਼ਰਤ ਤ੍ਰਿਮੂਲ ਕਾਂਗਰਸ 'ਚ ਹੋਈ ਸ਼ਾਮਲ। ਪਾਰਟੀ ਮੁਖੀ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਤਨਦੇਹੀ ਦੇ ਨਾਲ ਨਿਭਾਉਣਗੇ। ਝਾਰਖੰਡ ਦੇ ਧੰਨਵਾਦ 'ਚ ਜੱਜ ਦੇ ਕਤਲ ਤੋਂ ਬਾਅਦ ਜੱਜ ਨੂੰ ਖਤਰੇ ਦਾ ਇੱਕ ਹੋਰ ਨਵਾਂ ਮਾਮਲਾ ਆਇਆ ਸਾਹਮਣੇ। ਰਾਜਸਥਾਨ ਦੇ ਬੂੰਦੀ 'ਚ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਜੱਜ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਉਸ ਦੀ ਵਧਾਈ ਗਈ ਸੁਰੱਖਿਆ। ਭਾਰਤ ਦੇ ਚੀਫ ਜਸਟਿਸ NV ਰਮਨਾ ਦੀ ਅਗਵਾਈ ਵਾਲੇ ਕੋਲੀਜੀਅਮ ਨੇ ਸੁਪਰੀਮ ਕੋਰਟ 'ਚ ਜੱਜਾਂ ਵਜੋਂ ਨਿਯੁਕਤੀ ਲਈ 3 ਮਹਿਲਾ ਜੱਜਾਂ ਸਣੇ 9 ਨਾਮਾਂ ਦੀ ਕੀਤੀ ਸਿਫਾਰਿਸ਼। 12 ਅਗਸਤ ਨੂੰ ਜਸਟਿਸ RF ਨਰੀਮਨ ਦੀ ਸੇਵਾ ਮੁਕਤੀ ਨਾਲ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਘੱਟ ਕੇ 25, CJI ਸਮੇਤ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 34। ਸ਼ਿਵਸੈਨਾ ਦੇ ਸਾਂਸਦ ਮੈਂਬਰ ਸੰਜੇ ਰਾਉਤ ਨੇ ਬੁੱਧਵਾਰ ਨੂੰ ਕੀਤਾ ਦਾਅਵਾ। ਜਨ ਆਸ਼ੀਰਵਾਦ ਯਾਤਰਾ ਜੋ ਕਿ ਕੇਂਦਰੀ ਮੰਤਰੀਆਂ ਵੱਲੋਂ ਵੱਖ ਵੱਖ ਸੂਬਿਆਂ 'ਚ ਕੀਤੀ ਜਾ ਰਹੀ ਹੈ, COVID-19 ਦੀ ਤੀਜੀ ਲਹਿਰ ਨੂੰ ਦੇ ਸਕਦੀ ਹੈ ਸੱਦਾ। ਭਾਜਪਾ ਜਾਣਬੁੱਝ ਕੇ ਕੱਢ ਰਹੀ ਹੈ ਇਹ ਯਾਤਰਾ। ਜਸਟਿਸ BV ਨਾਗਰਤਨਾ 2027 'ਚ ਬਣ ਸਕਦੇ ਨੇ ਦੇਸ਼ ਦੀ ਪਹਿਲੀ ਮਹਿਲਾ ਚੀਫ ਜਸਟਿਸ। ਮੌਜੂਦਾ ਚੀਫ ਜਸਟਿਸ NV ਰਮਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਜਸਟਿਸ ਨਾਗਰਤਨਾ ਦੀ ਤਰੱਕੀ ਦੀ ਕੀਤੀ ਸਿਫਾਰਿਸ਼। ਜਸਟਿਸ ਨਾਗਰਤਨਾ ਫਿਲਹਾਲ ਕਰਨਾਟਕ ਹਾਈ ਕੋਰਟ 'ਚ ਜੱਜ। ਪੰਜਾਬ 'ਚ ਕੋਰੋਨਾ ਮਾਮਲਿਆਂ 'ਚ ਆ ਰਹੀ ਕਮੀ ਨੂੰ ਲੈ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਜਿਤਾਈ ਖੁਸ਼ੀ। ਟਵੀਟ ਕਰ ਕਿਹਾ, ਸੂਬੇ 'ਚ ਕੋਰੋਨਾ ਮਾਮਲਿਆਂ ਦੇ ਦੈਨਿਕ ਵਾਧੇ 'ਚ ਆਈ ਕਮੀ ਨਾਲ ਹੀ ਆਰਓ ਰੇਟ ਵੀ ਡਿੱਗ ਕੇ 1 ਤੇ ਪਹੁੰਚਿਆ। 100 ਦਿਨ 100 ਰੈਲੀਆਂ ਪ੍ਰੋਗਰਾਮ ਤਹਿਤ ਹਲਕਾ ਜ਼ੀਰਾ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਵੱਖ ਵੱਖ ਪਿੰਡਾਂ ਵਿੱਚ ਰੱਖੇ ਗਏ ਪ੍ਰੋਗਰਾਮ ਤਹਿਤ ਕੀਤਾ ਵਰਕਰਾਂ ਨੂੰ ਸੰਬੋਧਿਤ। ਸੁਖਬੀਰ ਬਾਦਲ ਨੇ ਵਿਰੋਧੀਆਂ ਦੇ ਸਾਦੇ ਨਿਸ਼ਾਨੇ। ਕੇਜਰੀਵਾਲ ਨੂੰ ਕਿਹਾ, ਦਿੱਲੀ 'ਚ ਮੁਫ਼ਤ ਬਿਜਲੀ ਦੇ ਨਾਮ ਤੇ ਦੇ ਰਿਹਾ 10 ਤੋਂ 12 ਰੁਪਏ ਰੇਟ ਪਰ। ਅਕਾਲੀ ਸਰਕਾਰ ਬਣਨ ਤੇ ਨਿਭਾਏ ਜਾਣਗੇ ਕੀਤੇ ਗਏ ਸਾਰੇ ਵਾਅਦੇ। ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਬਣਾਏ ਆਪਣੇ 2 ਨਵੇਂ ਮੀਡੀਆ ਸਲਾਹਕਾਰ। ਜਗਤਾਰ ਸਿੱਧੂ ਤੇ ਸੁਰਿੰਦਰ ਡੱਲਾ ਦਾ ਨਾਮ ਸ਼ਾਮਲ। ਬੀਤੇ ਦਿਨਾਂ ਦੌਰਾਨ ਸਿੱਧੂ ਵੱਲੋਂ ਪਹਿਲਾਂ ਹੀ 4 ਸਲਾਹਕਾਰ ਕੀਤੇ ਗਏ ਨੇ ਨਿਯੁਕਤ। ਅੰਮ੍ਰਿਤਸਰ 'ਚ ਹਾਥੀ ਗੇਟ ਦੇ ਬਾਹਰ ਭਾਰਤੀ ਜਨਤਾ ਪਾਰਟੀ ਵੱਲੋਂ ਫੂਕਿਆ ਗਿਆ ਪਾਕਿਸਤਾਨ ਦਾ ਪੁਤਲਾ। ਬੀਤੇ ਕੱਲ੍ਹ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਤੋਂ ਬਾਅਦ ਭਾਰਤ 'ਚ ਰੋਸ਼। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੀਤੀ ਅਪੀਲ। 20 ਅਗਸਤ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੁੰਡਲੀ ਬਾਰਡਰ ਤੱਕ ਪਹੁੰਚਣ ਦਾ ਦਿੱਤਾ ਸੱਦਾ। ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਕਾਰਾਂ ਦਾ ਵੱਡਾ ਜਥਾ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਵੇਗਾ ਰਵਾਨਾ।
जलंधर के गुलाब देवी रोड से रेहड़ी वाले ने आवारा कुत्ते नूं लोहे दी रोड नाल कुट के जानों मारिया। एनजीओ चलाउण वाली औरत दी शिकायत ते थाना डिवीजन नंबर 2 दी पुलिस ने कीता व्यक्ति नूं गिरफ्तार। तलवंडी साबो के पिंड मिर्जियाणा विखे पशुओं नूं हो रही मुंह खोर की बीमारी का इलाज कराने लई बाबे कोलों धागा बनवा के लिआए पिंड वासी। गुरसिख परिवार ने इस वहम भरम नूं कीता मन्नण तों इनकार, तां पिंड वासियों ने कीता बायकॉट। गुरसिख परिवार का भांडा त्यागण का पिंड की पंचायत ने सुनाया फैसला। सोशल मीडिया से वायरल हुई वीडियो। इंसाफ लई प्रशासन कोल पहुंचा परिवार। श्री अकाल तख्त साहिब नूं वी लगाई इंसाफ की गुहार। होशियारपुर के दसूहा अधीन आउंदे सगरा ते फदन चक नेड़े पिंड च चल रहा नजायज माइनिंग का कारोबार मीडिया के कैमरे वेख जेसीबी मशीना ते ट्रैक्टर लै भजे लोग। अखां बंद करके बैठा प्रशासन, कार्रवाई के नाम से दे रहा रटे रटाए बयान। मिजोरम असम सरहद से स्थिति मुड़ हुई तनावपूर्ण। अंतराजी हद से तैनात सुरक्षा मुलाजम ने की फायरिंग, जिस एक व्यक्ति होया फट्टड़। कोलासिब जिले के डिप्टी कमिश्नर ने दसाया घटना असम के जिले हेलका कंडी च वापरी। दिल्ली जवाहरलाल नेहरू यूनिवर्सिटी एक मेडिकल कॉलेज और 500 बिस्तरे वाला हस्पताल बनाने का अकैडमिक काउंसिल च रखा प्रस्ताव। MBBS ते MD वर्गिया पढ़ाइया कर सकते हैं विद्यार्थी। देश COVID-19 के 35,178 नवे केस आने बाद कोरोना पीड़ितों की कुल गिनती हुई 3,22,85,857। ताजा अंकड़े मुताबिक पिछले 24 घंटे 440 मरीजों की मौत की गई दर्ज। जम्मू कश्मीर की सबका मुख्यमंत्री PDP की प्रमुख महबूबा मुफ्ती की मां गुलशन नजीर काले तन सफेद करने मामले अज ED सामने हुई पेश। ओडिशा सरकार ने अगले 10 साल वाली टोक्यो ओलंपिक शानदार प्रदर्शन करने वाली भारतीय पुरुष ते महिला हॉकी टीम नूं स्पॉन्सर करने का किया ऐलान। ओडिशा सरकार 2018 तो भारतीय हॉकी टीमों नूं कर रही है स्पॉन्सर। केंद्रीय मंत्री हरदीप पुरी का बयान, अफगानिस्तान की राजधानी काबुल के नेड़े एक गुरुद्वारे च शरण लैण वाले सिखां नूं छेती लिआंदा जाएगा। भारत, पुरी ने कहा, भारतीय अधिकारी सिखां दे समूह दे संपर्क च। अमरीकी राष्ट्रपति जो बाइडन ने कहा, अफगानिस्तान च अमरीकी फौजां नूं वापस सद्दण दा उन्हां दा फैसला बिल्कुल सही। अपने इस फैसले ते कायम ने बाइडन। अमरीका ने अफगानिस्तान दे मौजूदा संकट लई अफगान लीडरशिप नूं ठहराया जिम्मेदार। अफगानिस्तान दे कब्जा करन तों बाद तालिबानी लड़ाकियां दीआं कुछ वीडियोज़ होईआं वायरल। मनोरंजक पार्कां ते जिम च मस्ती करदे आए नजर कई वीडियोज़ तालिबानी लड़ाके डांस करदे वी दिखे। पाकिस्तान के एक न्यूज चैनल नाल गलबात करदे तालिबान के बुलारे सुहेल शाहीन ने कहा, भारत अफगानिस्तान च अपने बुनियादी प्रोजैक्ट कर सकता है पूरे, क्योंकि वह सारे काम इत्थे दे लोकां लई। हैती चाहे विनाशकारी भूचाल च मरण वाले की गिनती च होया वाधा। नागरिक सुरक्षा एजेंसी मुताबिक मरण वाले की गिनती 1,900 और जख्मियों की गिनती 9,900 तो पार। देश दीआं तेल मार्केटिंग कंपनियां ने 14.2 किलो के रसोई गैस सिलेंडर की कीमतों में किया 25 रुपए का वाधा। इस दे नाल ही 19 किलो व्यापारक गैस की कीमत 68 रुपए का होया वाधा। 4 महीने बाद होया डीजल सस्ता। देश विच डीजल 20 पैसे प्रति लीटर रियात, जबकि पेट्रोल दे कीमत 31वें दिन भी रही स्थिर। पेट्रोल दे कीमत च कोई बदलाव नहीं। शिमला घूमन जाने वाले लिए वड्डी खुशखबरी, पवन हंस हैलीकॉप्टर सेवा कंपनी ने चंडीगढ़ तो शिमला कुल्लू धर्मशाला लिए शुरू की गई हैलीकॉप्टर सेवा के किराए च की 14 तो लैके 34% तक कटौती। हुण यात्री इन्हां मार्गां ते घट किराए ते कर सकते हैं ऑनलाइन बुकिंग। सैफ अली खान और करीना कपूर ने मुंबई स्थित अपने पुराने घर को 3 साल के किराए पर देने का किया फैसला। घर का किराया होगा करीब 3 लाख रुपए, जिसकी सिक्योरिटी डिपोजिट के तौर पर चुकानी पवेगी 15 लाख रुपए। इस दे नाल ही हर साल बढ़ाया जाएगा घर का किराया। स्पाइडरमैन की तरह कपड़े पाके राखी सावंत अपना बैग लैके पहुंची बिग बॉस OTT सैट के बाहर, जिथे राखी ने किया जम के हंगामा। उत्थे उन्होंने गार्ड वालों रोकन ते उन्होंने लगाया सैट के बाहर ही धरना, जिसकी फोटोस ते वीडियो भी सोशल मीडिया से हो रही ने काफ़ी वायरल। बीते दिन अनिल कपूर की बेटी रिया कपूर के विआह की हुई रिसैप्शन, जिस दौरान कई बॉलीवुड हस्तियां इस रिसैप्शन च हुई शामिल। उत्थे सोनम कपूर ने पति आनंद आहूजा नाल करवाया फोटोशूट, जिस तस्वीरां खुद सोनम कपूर ने कीतियां सोशल मीडिया से साझियां। तस्वीरां नूं उन्हां दे फैंस कर रहे ने काफ़ी पसंद। बॉलीवुड अदाकार सोनू सूद कोरोना काल च लोगों लिए मसीहा बन के सामने आए हैं, जिसके चलते हर कोई उन्होंने रियल हीरो कह के बुलाता है। उत्थे ही हाल ही एक माउंटेनर ने किली मजारो पहाड़ च जित प्राप्त की थी, अपनी जित नूं सोनू सूद नूं समर्पित किया, जिसकी तस्वीरें भी सोशल मीडिया से काफ़ी वायरल हो रही ने। बॉलीवुड बादशाह शाहरुख खान नाल काम करती नजर आ सकती अभिनेत्री सानिया मल्होत्रा। शाहरुख खान जल्द शुरू करेंगे फिल्मकार एटली दी थ्रिलर फिल्म शुरू। इस फिल्म विच कई कलाकार किए जा रहे साइन। जानकारी मुताबिक सानिया मल्होत्रा दी इस फिल्म च हुई पक्की एंट्री। नीरज चोपड़ा ने हरियाणा के मुख्यमंत्री मनोहर लाल खट्टर नाल की मुलाकात। तकरीबन 20 मिनट चली मुलाकात दौरान टोक्यो ओलंपिक च गोल्ड मैडल जेतु नीरज चोपड़ा नूं हरियाणा सरकार ने 6 करोड़ की राशि नाल कीता सम्मानित। पोलैंड की महिला जैवलिन थ्रोअर मारिया ऑंड्रजिक्स ने टोक्यो ओलंपिक जितया अपना चांदी का तगमा नीलाम करने का किया फैसला। मारिया ने 8 महीने के बच्चे पॉल मिलोसिक की दिल की सर्जरी लिए पैसे इकट्ठे करने लिए लिया फैसला।